ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਨਾ ਆਪਾਂ ਮੱਕੀ ਨੂੰ ਮਾਰਿਆ ਗੇੜਾ, ਅਤੇ ਜਦੋਂ ਚਾਰ ਚਪੇਰੇ ਗੇੜਾ ਮਾਰ ਕੇ ਵੇਖਿਆ ਤਾਂ ਮਨ ਖੁਸ਼ ਹੋ ਗਿਆ। ਵੇਖਦੇ ਤਾਂ ਹਰ ਰੋਜ਼ ਹੀ ਜਦੋਂ ਆਪਾਂ ਖੇਤ ਜਾਂਦੇ ਹਾਂ, ਪਰ ਜਦੋਂ ਆਪਾਂ ਗੌਰ ਨਾਲ ਵੇਖਦੇ ਹਾਂ ਨਾ ਪਤਾ ਉਦੋਂ ਲੱਗਦਾ। ਨਾਲੇ ਵੇਖਿਆ ਕੋਈ ਬਿਮਾਰੀ ਤਾਂ ਨਹੀਂ, ਕੋਈ ਕੀੜਾ, ਕਿਉਂਕਿ ਮੱਕੀ ਨੂੰ ਕੀੜਾ ਬਹੁਤ ਪੈ ਜਾਂਦਾ, ਪਿਛਲੇ ਸਾਲ ਬਹੁਤ ਪਿਆ ਸੀ ਇਹ, ਅਤੇ ਐਤਕੀ ਤਾਂ ਬਹੁਤ ਬਚਤ ਰਹੀ ਹੈ। ਅਤੇ ਜਦੋਂ ਮੱਕੀ ਨੂੰ ਗੇੜਾ ਮਾਰਿਆ ਤਾਂ ਮੱਕੀ ਦਾ ਕੱਦ ਵੇਖਿਆ, ਆਪਾਂ ਨੂੰ ਉਮੀਦ ਨਹੀਂ ਸੀ ਇੰਨਾ ਕੱਦ ਕਰ ਜੂਗੀ ਮੱਕੀ। ਮੱਕੀ ਦਾ ਕੱਦ 6 ਫੁੱਟ ਤੋਂ ਵੀ ਉੱਚਾ ਸੀ, ਪਰ ਮੈਂ ਇਕੱਲਾ ਸੀ, ਜੇ ਨਾਲ ਦੂਜਾ ਭਰਾ ਹੁੰਦਾ ਤਾਂ ਮੈਂ ਵਿੱਚ ਠੱਲ ਕੇ ਅਤੇ ਵੀਡੀਓ ਬਣਾ ਲੈਂਦੇ, ਪਤਾ ਲੱਗ ਜਾਂਦਾ 6 ਫੁੱਟ ਕੱਦ ਉਹਦਾ। ਅਤੇ ਮੈਂ ਇਕੱਲਾ ਕਰਕੇ ਫਿਰ ਉਹ ਹੈ ਨਹੀਂ ਸੀ, ਅਤੇ ਮੈਂ ਆਪ ਵੜ ਕੇ ਵੇਖਿਆ, ਵਿੱਚ ਮੈਂ ਦਿਖਦਾ ਨਹੀਂ ਸੀ ਵੀ ਮੇਰੇ ਨਾਲੋਂ ਵੱਡੇ ਸੀਗੇ ਟਾਂਡੇ, ਅਤੇ ਏਡਾ ਏਡਾ ਕੱਦ ਸੀ ਮੱਕੀ ਦਾ, ਅਤੇ ਬਾਕੀ ਸੀ ਵੀ ਇਕਸਾਰ ਹਰੀ ਕਚਾਰ ਮੱਕੀ, ਅਤੇ ਇਕਸਾਰ ਕੋਈ ਐਂ ਨਹੀਂ ਸੀ ਵੀ ਕਿਸੇ ਪਾਸਿਓਂ ਵਿਚਾਲੋਂ ਨੀਵੀਂ, ਪਾਸਿਓਂ ਤੋਂ ਉੱਚੀ ਫਿਰ ਨੀਵੀਂ, ਜਾਂ ਆਸੇ ਪਾਸਿਓਂ ਤੋਂ ਉੱਚੀ ਨੀਵੀਂ। ਇੱਕ ਦੋ ਥਾਂ 'ਤੇ ਉਹ ਜ਼ਰੂਰ ਸੀਗੀ ਜਿੱਥੇ ਵੀ ਪਾਣੀ ਬਿੱਡਾਂ 'ਤੇ ਚੜ੍ਹ ਗਿਆ ਸੀ, ਉੱਥੇ ਜ਼ਰੂਰ ਡਾਊਨ ਰਹਿ ਜਾਂਦੀ ਹੈ। ਇਹ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਦੋਂ ਆਪਾਂ ਇਹ ਕੰਮ ਕਰਦੇ ਹਾਂ। ਆਪਾਂ ਪਹਿਲੀ ਵਾਰ ਮੱਕੀ ਬੀਜੀ ਹੈ, ਇਹ ਤੋਂ ਪਹਿਲਾਂ ਆਪਾਂ ਕਦੇ ਨਹੀਂ ਬੀਜੀ ਸਚਾਰ ਵਾਲੀ ਮੱਕੀ। ਅਤੇ ਇਹਦੇ 'ਚ ਜਿਵੇਂ ਇੱਕ ਤਾਂ ਜਿਵੇਂ ਮੱਕੀ ਬੀਜ ਕੇ ਹੱਥਾਂ ਪੈਰਾਂ 'ਚ ਆ ਜਾਣਾ, ਇਹ ਪਤਾ ਨਹੀਂ ਕੀ ਬਣੂ, ਪਾਣੀ ਲਾਈਏ ਪਤਾ ਨਹੀਂ ਕਿੰਨਾ ਕੁ ਪਾਣੀ ਲੱਗੂ ਇਹਨੂੰ, ਬਈ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ, ਐਡੀ ਗੱਲ ਨਹੀਂ ਗੀ। ਐਤਕੀ ਤਾਂ ਜਮ੍ਹਾਂ ਹੀ ਨਹੀਂ, ਪਰ ਹੋ ਸਕਦਾ ਸਪਰੇਆਂ ਕਰਨੀਆਂ ਪਈਆਂ ਹੋਣ, ਅਤੇ ਕਈ ਵਾਰੀ ਮੇਰੇ ਵਰਗੇ ਨੂੰ ਜੋ ਤਜਰਬਾ ਨਹੀਂ ਹੁੰਦਾ ਉਦੋਂ ਵੀ ਉਲਝ ਜਾਂਦਾ, ਅਤੇ ਪਤਾ ਨਹੀਂ ਲੱਗਦਾ ਬਈ ਕੀ ਕਰਾਂ, ਪਰ ਐਡੀ ਗੱਲ ਨਹੀਂ ਗੀ। ਜਦੋਂ ਆਪਾਂ ਮੱਕੀ ਬੀਜਦੇ, ਪਹਿਲੀ ਗੱਲ ਤਾਂ ਆਪਾਂ ਨੂੰ ਬੀਜਦੇ ਹੁੰਦਾ, ਜੇ ਆਪਣੇ ਕੋਲ ਬੀਜ ਸਹੀ ਹੈ ਨਾ ਤਾਂ 60-70% ਆਪਾਂ ਨੂੰ ਇਹ ਸੌਖਾ ਹੋ ਜਾਂਦਾ ਕੰਮ, ਕਿਉਂਕਿ ਮਾੜੇ ਬੀਜ ਨੂੰ ਬਾਹਲੀ ਬਿਮਾਰੀ ਪੈਂਦੀ ਹੈ, ਅਤੇ ਮਾੜੇ ਬੀਜ ਨੂੰ ਪਿਆ ਕੀੜਾ ਮਰਦਾ ਵੀ ਨਹੀਂ ਛੇਤੀ, ਕਿਉਂਕਿ ਉਹਨੂੰ ਪਈ ਜਾਂਦਾ। ਅਤੇ ਇਸ ਕਰਕੇ ਪਹਿਲੀ ਗੱਲ ਤਾਂ ਬੀਜ ਹੁੰਦਾ। ਨੰਬਰ 2 'ਤੇ ਜਿਹੜਾ ਆਪਾਂ ਤਜਰਬਾ ਕੀਤਾ ਇਹਦੇ 'ਚ ਵੀ ਡਾਈ ਜ਼ਰੂਰ ਪਾਵੇ, ਜ਼ਿਆਦਾ ਗੱਟੇ ਤੋਂ ਵੀ ਵੱਧ ਡਾਈ ਪਾਵੇ। ਆਪਣੇ 1.25 ਗੱਟਾ ਕਿੱਲੇ ਦਾ ਡਾਈ ਦਾ ਪਿਆ ਸੀ, ਅਤੇ ਬਹੁਤ ਵਧੀਆ ਮੱਕੀ ਆ ਵੀ, ਡਾਈ ਥੋੜ੍ਹੀ ਜ਼ਿਆਦਾ ਪਾ ਦੇ, ਉਹੀ ਗਾਂ ਝੋਨੇ ਨੂੰ ਵੀ ਕੰਮ ਕਰ ਜਾਂਦੀ ਹੈ। ਅਤੇ ਬਾਕੀ ਪਾਣੀ ਲਾਉਣ ਲੱਗਿਆ ਕਾਹਲ ਨਾ ਕਰੇ, ਜ਼ਿਆਦਾ ਪਾਣੀ ਆਇਆ ਤਾਂ ਕੁਛ ਪਾਣੀ ਹੋਰ ਪੱਠਿਆਂ 'ਚ ਛੱਡ ਲਏ, ਕੁਛ ਇਹਦੇ 'ਚ ਛੱਡ ਲਏ, ਜਾਂ ਇਹਦੇ 'ਚ 2 ਮੂਹੇ ਕਰ ਲਏ, ਅਤੇ ਵੀ ਹੌਲੀ ਹੌਲੀ ਪਾਣੀ ਜਾਵੇ, ਬਿੱਡਾਂ 'ਤੇ ਨਾ ਚੜ੍ਹੇ। ਅਤੇ ਛੇਤੀ ਕਿਤੇ ਬਿੱਡਾਂ 'ਤੇ ਪਾਣੀ ਨਹੀਂ ਚੜ੍ਹਦਾ, ਅਤੇ ਜਦੋਂ ਆਪਾਂ ਕਰਦੇ ਹਾਂ ਨਗੇਲੀ ਉਦੋਂ ਬਿੱਡਾਂ 'ਤੇ ਪਾਣੀ ਚੜ੍ਹ ਜਾਂਦਾ, ਫਿਰ ਉੱਥੋਂ ਡਾਊਨ ਪੈ ਜਾਂਦੀ ਹੈ ਮੱਕੀ, ਉਹ ਮੱਕੀ ਨਾਲ ਹੀ ਨਹੀਂ ਰਲਦੀ। ਅਤੇ ਯੂਰੀਆ ਆਪਾਂ ਤਾਂ ਤੁਰ ਕੇ ਪਾਈਏ ਬਈ ਖਾਲੀਆਂ 'ਚ ਕੇਰ ਕੇ ਹੱਥ ਨਾਲ, ਅਤੇ ਕਈ ਭਰਾ ਬਈ ਮੂਹੇ 'ਚ ਵੀ ਰੱਖ ਦਿੰਦੇ ਆ। ਆਹ ਲਾਸਟ ਵਾਲਾ 1/2 ਗੱਟਾ ਪਾਇਆ ਸੀ ਕਿੱਲੇ ਦਾ, ਇਹ ਜ਼ਰੂਰ ਆਪਾਂ ਮੂਹੇ 'ਚ ਰੱਖਿਆ ਸੀ, ਅਤੇ ਨਹੀਂ ਆਪਾਂ ਤੁਰ ਕੇ ਪਾਈ ਆ ਸਾਰੀ ਰੇਹ, ਅਤੇ ਰੇਹ ਵੀ ਕੋਈ ਆਪਾਂ ਜ਼ਿਆਦਾ ਨਹੀਂ ਪਾਈ, 2.25 ਕਿੱਲਿਆਂ 'ਚ 5 ਗੱਟੇ ਰੇਹ ਦੇ ਪਏ ਆ, ਅਤੇ 1 ਨੈਨੋ ਦੀ ਸਪਰੇਅ ਕੀਤੀ ਹੈ, ਅਤੇ ਸੁੰਡੀ ਵਾਲੀਆਂ ਹਜੇ ਤੱਕ 2 ਕੀਤੀਆਂ, ਹਜੇ ਤੱਕ ਕਿਤੋਂ ਨਿਸਰੀ ਨਹੀਂ ਗਈ, ਕਿਤੋਂ ਵੀ ਬਾਬਰੂ ਜੇ ਨਹੀਂ ਕੱਢੇ ਮੱਕੀ ਨੇ। ਅਤੇ ਬਾਕੀ 1 ਹੁਣ ਨੈਨੋ ਦੀ ਅਤੇ 1 ਸੁੰਡੀ ਵਾਲੀ ਸਪਰੇਅ ਕਰਾਂਗੇ, ਅਤੇ ਇਹਨੇ ਨਾਲ ਨਾਲ ਤਾਂ ਮੱਕੀ ਪੱਕ ਜੂਗੀ, ਅਤੇ ਨਾਲੇ ਇਹਨੂੰ ਤਾਕਤ ਜੀ ਮਿਲ ਜੂ ਥੋੜ੍ਹੀ ਜੀ, ਅਤੇ ਵੈਸੇ ਰੰਗ ਵਧੀਆ, ਕੋਈ ਐਂ ਪੀਲੀ ਨਹੀਂ ਕਿਤੋਂ, ਅਤੇ ਆ ਮੀਂਹ ਪੈ ਗਿਆ ਫਿਰ ਠੰਡ ਜੀ ਹੋ ਗਈ ਚਲੋ। ਅਤੇ ਬੀਜ ਆਪਣਾ ਸੀਗਾ ਬਾਈ 5000 ਦਾ, ਅਤੇ ਬਹੁਤ ਵਧੀਆ ਬੀਜ ਸੀ ਇਹ, ਮੱਕੀ ਬਹੁਤ ਵਧੀਆ ਆਪਾਂ ਬੀਜੀ ਆ ਪਹਿਲੀ ਵਾਰ, ਅਚਾਰ ਵਾਸਤੇ ਪਕਾਵੀ ਨਹੀਂ ਗੀ ਇਹ, ਅਤੇ ਜਿਵੇਂ ਕੱਦ ਹੈ ਅਤੇ ਚੰਗੀ ਨਿਕਲੂ ਲੱਗਦਾ ਪਰਮਾਤਮਾ ਦੇ ਹੁਕਮ ਨਾਲ। ਬਾਕੀ ਤੁਹਾਡੇ ਸਾਹਮਣੇ ਵੇਖੋ, ਅਤੇ ਕਈ ਭਰਾਵਾਂ ਨੇ ਹੋਰ ਬੀਜ ਵੀ ਬੀਜੇ ਹੋਣਗੇ, ਕਮੈਂਟ ਕਰਕੇ ਦੱਸਿਓ ਕਿਹੜੇ ਵਧੀਆ।
ਆਪਾਂ ਨੂੰ ਇਹੀ ਵਧੀਆ ਲੱਗਿਆ, ਇਹ ਸਿੱਧਾ ਹੀ ਆਪਾਂ ਨਾਂ ਸੁਣਿਆ ਸੀ ਅਤੇ ਆਪਾਂ ਬੀਜਿਆ। ਇਹ ਸੀ ਆਪਣੀ ਅੱਜ ਦੀ ਵੀਡੀਓ, ਅਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ। ਜਿਹੜਾ ਕੋਈ ਭਰਾ ਆਪਣੇ ਚੈਨਲ 'ਤੇ ਨਵਾਂ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ